ਇਹ ਮਨਤ ਅਲਹਲੋ ਕਿੱਥੇ ਹੋ ਦਾ ਲੇਖ ਹੈ ਸੁਪਨਾਏ ਸੰਸਾਰ ਦਾ ਅਗਲਾ ਪາກ ਗਲਾਸ ਖਾਲੀ ਹੁੰਦੇ ਰਹੇ ਰਾਤ ਦੇ ਸਨਾਟੇ 'ਚ ਹਾਸੇ ਗੂੰਜਦੇ ਰਹੇ ਫਿਰ ਕਿਸੇ ਨੂੰ ਕੁਝ ਪਤਾ ਨਹੀਂ ਕਿਸ ਨੇ ਕੀ ਖਾਦਾ ਕੀ ੇਠਾਂ ਸੁੱਟਿਆ ਕੌਣ ਕਦੋਂ ਕਿੱਥੇ ਸੁੱਤਾ ਸਵੇਰੇ ਮੈਂ ਕਾਫੀ ਧੀਰ ਨਾਲ ਸੌਂ ਕੇ ਉੱਠਿਆ ਤਾਂ ਵੇਖਿਆ ਕਿ ਬੇਬੇ ਇੱਕ ਚਾਦਰ ਲਪੇਟੀ ਚੌਂਕੜੀ ਮਾਰੀ ਬੈਠੀ ਪਾਠ ਕਰ ਰਹੀ ਸੀ ਚਾਹ ਦੀ ਟੇਮੇਸ ਤੇ ਪਈ ਸੀ ਮੈਂ ਸੱਸੀ ਕੱਲ ਬੁਲਾ ਕੇ ਚਾਹ ਦਾ ਕੱਪ ਚੁੱਕਣ ਲੱਗਾ ਤਾਂ ਬੇਬੇ ਨੇ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ ਪਾਠ ਖਤਮ ਕਰਨ ਤੋਂ ਬਾਅਦ ਉਹਨੇ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਚਾਹ ਠੰਡੀ ਹੋ ਗਈ ਹੈ ਉਹ ਹੋਰ ਬਣਾ ਕੇ ਲਿਆਉਂਦੀ ਹੈ ਉਹ ਟਰੇ ਚੁੱਕੀ ਗਈ ਤਾਂ ਸਿਰ ਤੇ ਪਟਕਾ ਬਲੇਟਦਾ ਹੋਇਆ ਸੰਧੂ ਆ ਗਿਆ ਤਿਆਰ ਹੋ ਜਾ ਪੁੱਤਰਾ ਚੱਲ ਤੈਨੂੰ ਤੀਜ ਦਾ ਮੇਲਾ ਵਿਖਾਈਏ ਉਹਨੇ ਬੁਲੰਦ ਆਵਾਜ਼ ਚ ਕਿਹਾ ਮੈਨੂੰ ਬੜੀ ਹੈਰਾਨੀ ਹੋਈ ਤਿਹਾਰ ਦੇ ਦਿਨ ਬਾਰੇ ਨਾ ਤਾਂ ਮੈਨੂੰ ਕੁਝ ਯਾਦ ਸੀ ਨਾ ਹੀ ਇਸ ਗੱਲ ਦਾ ਅੰਦਾਜ਼ਾ ਸੀ ਕਿ ਇਸ ਤਿਹਾਰ ਦਾ ਇੱਥੇ ਕੋਈ ਮਹੱਤਵ ਹੋ ਸਕਦਾ ਹੈ ਅੱਜ ਸਾਡਾ ਅੱਜ ਦਾ ਪ੍ਰੋਗਰਾਮ ਇਮੀਗ੍ਰੇਸ਼ਨ ਰਿਮੂਵਲ ਸੈਂਟਰ ਜਾਣ ਦਾ ਸੀ ਉੱਥੋਂ ਦੇ ਇੱਕ ਅਧਿਕਾਰੀ ਜੁਕੇਂਦਰ ਦੋਸਾਂਝ ਨਾਲ ਸੰਧੂ ਦੀ ਚੰਗੀ ਜਾਣ-ਪਛਾਣ ਸੀ ਦੋਸਾਂਝ ਕਪੂਰਥਲੇ ਤੋਂ ਸੀ ਤੇ ਹੁਣ ਬਰਤਾਨਵੀ ਨਾਗਰਿਕ ਸੀ ਉਹਨੂੰ ਮਿਲ ਕੇ ਮੈਂ ਇਲੀਗਲ ਇਮੀਗ੍ਰੈਂਟਸ ਬਾਰੇ ਕੁਝ ਅਜਿਹੀ ਜਾਣਕਾਰੀ ਲੈਣੀ ਚਾਹੁੰਦਾ ਸੀ ਜੋ ਉਹਨੂੰ ਮਿਲ ਪੈਣੀ ਸੰਭਵ ਨਹੀਂ ਸੀ ਸੰਦੂ ਨੇ ਕਿਹਾ ਕਿ ਪਹਿਲਾਂ ਸਾਊਥ ਹਾਲ ਤੇ ਤੀਜ ਦਾ ਮੇਲਾ ਵੇਖਾਂਗੇ ਫਿਰ ਅੱਗੇ ਜਾਵਾਂਗੇ ਤਿਆਰ ਹੋ ਕੇ ਅਸੀਂ ਬਾਹਰ ਨਿਕਲੇ ਤਾਂ ਸਾਰਾ ਨਜ਼ਾਰਾ ਹੀ ਬਦਲਿਆ ਹੋਇਆ ਸੀ ਢੋਲ ਠਮਕਿਆਂ ਦੀ ਆਵਾਜ਼ ਦੂਰੋਂ ਹੀ ਸੁਣਾਈ ਦੇਣ ਲੱਗ ਪਈ ਸੀ ਅਸੀਂ ਉੱਥੇ ਪਹੁੰਚੇ ਵੇਖਿਆ ਹਰ ਪਾਸੇ ਰੰਗ-ਬਰੰਗੇ ਘਗਰੇ ਚੁੰਨੀਆਂ ਗਹਿਣਿਆਂ ਨਾਲ ਸਜੀਆਂ ਔਰਤਾਂ ਦੀਆਂ ਢੋਲੀਆਂ ਕਿਲਕਾਰੀਆਂ ਮਾਰ ਰਹੀਆਂ ਸਨ ਉਹਨਾਂ 'ਚ ਘਗਰੇ ਪਾਈ ਇੱਧਰ-ਉੱਧਰ ਵਿੰਗੇ ਟੇਡੇ-ਟੇ ਹੱਥ-ਪੈਰ ਮਾਰ ਰਹੀਆਂ ਕੁਝ ਅੰਗਰੇਜ਼ ਔਰਤਾਂ ਵੀ ਸ਼ਾਮਲ ਸਨ ਕਿਸੇ ਢੋਲੀ ਚੌਰਤਾਂ ਸਿਰ ਤੇ ਉੱਤੇ ਗੋਟੇ ਕਿਨਾਰੀ ਦੀਆਂ ਝਲਰਾਂ ਵਾਲੇ ਘੜੇ ਚੁੱਕੇ ਨੱਚ ਰਹੀਆਂ ਸਨ ਤਾਂ ਕਿਸੇ ਟੋਲੀ 'ਚ ਬੁਲੀਆਂ ਦਾ ਮੁਕਾਬਲਾ ਚੱਲ ਰਿਹਾ ਸੀ। ਮਰਦ ਵੱਖਰੇ ਢੋਲ ਦੀ ਤਾਲ ਤੇ ਬੜੇ ਜੋਸ਼ ਨਾਲ ਨੱਚ ਰਹੇ ਸਨ। ਸੰਧੂ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ। ਉਛਾਲ ਮਾਰ ਕੇ ਕਾਰ 'ਚੋਂ ਉਤਰਿਆ ਤੇ ਬੜਤ ਮਾਰ ਕੇ ਨੱਚਣ ਵਾਲਿਆਂ 'ਚ ਸ਼ਾਮਲ ਹੋ ਗਿਆ। ਮੈਂ ਵੀ ਇੱਕ ਪਾਸੇ ਖੜ੍ਹਾ ਹੋ ਕੇ ਇਸ ਜੋਸ਼ ਭਰੇ ਦ੍ਰਿਸ਼ ਨੂੰ ਵੇਖਣ ਲੱਗਾ। ਸਿਰ ਤੇ ਫੁਲਕਾਰੀ ਲਈ ਔਰਤ ਇੱਕ ਅੰਗਰੇਜ਼ ਲੜਕੀ ਨੂੰ ਸਮਝਾ ਰਹੀ ਸੀ ਕਿ ਖੱਬਾ ਹੱਥ ਕੰਨ ਉੱਤੇ ਰੱਖ ਕੇ ਤੇ ਸੱਜਾ ਹੱਥ ਹਵਾ 'ਚ ਲਹਿਰਾਉਂਦਿਆਂ ਹੋਇਆਂ ਬੋਲੀ ਕਿਵੇਂ ਪਾਈ ਜਾਂਦੀ ਹੈ ਗਹਿਣਿਆਂ ਨਾਲ ਦਿੱਕ ਔਰਤ ਇੱਕ ਅੰਗਰੇਜ਼ ਨੂੰ ਸਿਖਾ ਰਹੀ ਸੀ ਕਿ ਅੱਡੀਆਂ ਉੱਤੇ ਘੁੰਮ ਕੇ ਨੱਚਦੇ ਹੋਏ ਕਿਵੇਂ ਉਸੇ ਲੈਅ ਨਾਲ ਤਾੜੀ ਵਜਾਈ ਜਾਂਦੀ ਹੈ ਉਹਨਾਂ ਵਿੱਚ ਘਰੀਕ ਬਜ਼ੁਰਗ ਔਰਤ ਕੁਰਸੀ 'ਤੇ ਬੈਠੇ ਬੜੇ ਉਤਸ਼ਾਹ ਨਾਲ ਤਾੜੀਆਂ ਵਜਾ ਰਹੀ ਸੀ ਉੱਥੇ ਬੈਠੇ ਬੈਠੀ ਉਹ ਬੋਲੀਆਂ ਪਾ ਰਹੀ ਸੀ ਬੇਬੇ ਇੰਗਲੈਂਡ 'ਚ ਤੀਜ ਮਨਾਉਣ ਦਾ ਮਜ਼ਾ ਆ ਰਿਹਾ ਮੈਂ ਹੱਸਦੇ ਹੋਏ ਪੁੱਛਿਆ ਪੁੱਤਰ ਜਈ ਤੀਜ ਤੇ ਹੁਣ ਪੰਜਾਬ 'ਚ ਵੀ ਨਹੀਂ ਹੁੰਦੀ ਰੂਹ ਖੁਸ਼ ਹੋ ਗਈ ਮੇਰੀ ਆਨੰਦ ਆ ਗਿਆ ਉਹਨੇ ਮસ્ਤੀ 'ਚ ਜਵਾਬ ਦਿੱਤਾ ਤਾਂ ਫਿਰ ਤੁਸੀਂ ਵੀ ਥੋੜਾ ਜਿਹਾ ਨੱਚ ਲਓ ਮੈਂ ਹੱਲਾਸ਼ੇਰੀ ਦਿੰਦਿਆਂ ਕਿਆ ਮੈਂ ਤਾਂ ਪੁੱਤਰ ਰੁਕਣ ਵਾਲੀ ਨਹੀਂ ਮੈਂ ਪਰ ਹੁਣ ਖਸਮ ਖਾਣੇ ਗੋਡੇ ਨਹੀਂ ਚੱਲਦੇ ਉਹਨੇ ਆਪਣੀ ਆਵਾਜ਼ ਜ਼ਾਰੀ ਦੱਸੀ ਨੱਚਦੇ ਗਾਉਂਦੇ ਆ ਉਹਨਾਂ ਦਾ ਜਲੂਸ ਅੱਗੇ ਵਧਣ ਲੱਗਾ ਸੰਧੂ ਕਾਰ 'ਚ ਵਾਪਸ ਆ ਗਿਆ ਅਸੀਂ ਹਵਾਈ ਅੱਡੇ ਵੱਲ ਚੱਲ ਪਏ ਹੀ thro ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੀਮਾ ਦੇ ਲਗਭਗ ਨਾਲ ਹੀ ਇਮੀਗ੍ਰੇਸ਼ਨ ਰਿਮੂਵਲ ਸੈਂਟਰ ਦੀ ਇਮਾਰਤ ਸੀ ਇਹ ਸਿਮਾਰਤ ਦੀ ਬਨਾਵਟ ਕਿਸੇ ਜੇਲ੍ਹ ਵਰਗੀ ਸੀ ਚਾਰੇ ਪਾਸੇ ਉੱਚੀਆਂ ਤੇ ਪਧਰੀਆਂ ਕੰਧਾਂ ਛੱਜੀਆਂ ਉੱਤੇ ਕੰਡੇਦਾਰ ਵਾਰਡ ਤੇ ਮੁੱਖ ਦਰਵਾਜ਼ੇ ਤੋਂ ਬਗੈਰ ਕਿਤੇ ਕੋਈ ਬਾਰੀ ਜਾਂ ਦਰਵਾਜ਼ਾ ਨਜ਼ਰ ਨਹੀਂ ਸੀ ਆਉਂਦਾ ਇਮਾਰਤ ਦੇ ਅੰਦਰ ਵੀ ਕਿਸੇ ਜੇਲ੍ਹ ਵਰਗਾ ਸੁਰੱਖਿਆ ਪ੍ਰਬੰਧ ਸੀ ਜਗਿੰਦਰ ਦੋਸਾਂਝ ਰੋਬੀਲੀ ਸ਼ਖਸੀਅਤ ਦਾ ਮਾਲਕ ਸੀ ਉੱਚਾ ਕੱਦ ਕਾਠ ਕਸਰਤੀ ਸਰੀਰ ਛੋਟੀਆਂ ਮੁੱਛਾਂ ਕਤਰੀ ਹੋਈ ਦਾੜੀ ਚਿਹਰੇ ਉੱਤੇ ਇਸ ਤਰ੍ਹਾਂ ਸਵਾਰੀ ਹੋਈ ਸੀ ਕਿ ਇੱਕ ਵੀ ਵਾਲ ਇਧਰ ਉਧਰ ਨਹੀਂ ਸੀ ਤੇ ਬੜੀ ਸਜਾ ਕੇ ਬੰਨੀ ਹੋਈ ਪੱਗ ਚੁਸਤ ਚਾਲ ਨਾਲ ਠੱਕ ਠੱਕ ਕਰਕੇ ਚੱਲਦਾ ਹੋਇਆ ਆਇਆ ਤੇ ਸੰਧੂ ਨੂੰ ਪੈਰੀ ਪੈਣਾ ਕਰਕੇ ਬੜੀ ਗਰਮਜੋਸ਼ੀ ਨਾਲ ਉਹਨੇ ਮੇਰੇ ਨਾਲ ਹੱਥ ਮਲਾਇਆ ਘੜੀ ਵੇਖ ਕੇ ਬੜੇ ਪ੍ਰੋਫੈਸ਼ਨਲ ਢੰਗ ਨਾਲ ਉਹਨੇ ਕਿਹਾ ਕਿ 15 ਮਿੰਟ ਉਹ ਸਾਡੇ ਨਾਲ ਹੈ ਮੈਂ ਵੀ ਬੜੇ ਸਦੇ ਢੰਗ ਨਾਲ ਜੋ ਜੋ ਜਾਣਕਾਰੀ ਮੈਨੂੰ ਚਾਹੀਦੀ ਸੀ ਸੰਖੇਪ ਚ ਉਸ ਬਾਰੇ ਦੱਸਿਆ ਦੋ ਸਾਂਝ ਦੇ ਬੋਲਣ ਦਾ ਢੰਗ ਇੰਨਾ ਸੰਤੁਲਿਤ ਨਪਿਆ ਤੁਲਿਆ ਤੇ ਧਾਰਾ ਪ੍ਰਵਾਹ ਸੀ ਕਿ ਇਹ ਵਿਸ਼ੇਸ਼ਤਾ ਉਹਦੀ ਸ਼ਖਸੀਅਤ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਰਹੀ ਸੀ ਵਧੇਰੇ ਚੇਤਨ ਹੋ ਕੇ ਤੇ ਕੰਨਾਂ ਉੱਤੇ ਹੋਰ ਵਧੇਰੇ ਜ਼ੋਰ ਪਾ ਕੇ ਮੈਂ ਦੋ ਸਾਂਝ ਨੂੰ ਸੁਣ ਰਿਹਾ ਸਾਂ ਤੇ ਅੱਖਾਂ ਨਾਲ ਆਲੇ ਦੁਆਲੇ ਦੇ ਦ੍ਰਿਸ਼ਾਂ ਤੇ ਸਰਗਰਮੀਆਂ ਨੂੰ ਵੇਖ ਰਿਹਾ ਸਾਂ ਇਸ ਸੈਂਟਰ ਦੇ ਦੋ ਵਿਭਾਗ ਸਨ ਇੱਕ ਵਿਭਾਗ ਵਿੱਚ ਉਹਨਾਂ ਵਿਦੇਸ਼ੀਆਂ ਨੂੰ ਰੱਖਿਆ ਜਾਂਦਾ ਸੀ ਜੋ ਕਿਸੇ ਜੁਰਮ ਵਿੱਚ ਜੇਲ੍ਹ ਕੱਟ ਕੇ ਆਏ ਹੁੰਦੇ ਸੀ ਉਹਨਾਂ ਨੂੰ ਡਿਪੋਰਟ ਕਰਨ 'ਚ ਕਈ ਵਾਰ ਕਾਫੀ ਸਮਾਂ ਲੱਗ ਜਾਂਦਾ ਸੀ ਇਸ ਲਈ ਕਾਨੂੰਨੀ ਕਾਰਵਾਈ ਪੂਰੀ ਹੋਣ ਤੱਕ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਸੀ ਦੋਸਾਂਝ ਨੇ ਦੱਸਿਆ ਕਿ ਦਰਅਸਲ ਇਹ ਕੈਦੀ ਉਹਨਾਂ ਦੇਸ਼ਾਂ ਦੇ ਨਾਗਰਿਕ ਹੁੰਦੇ ਹਨ ਜਿਨ੍ਹਾਂ ਦੇ ਨਾਲ ਬਰਤਾਨੀਆ ਸਰਕਾਰ ਦੇ ਰਾਜਸੀ ਰਿਸ਼ਤੇ ਸਹਿਜ ਨਹੀਂ ਸਨ ਅਜਿਹੇ ਦੇਸ਼ ਕਈ ਵਾਰ ਆਪਣੇ ਇਹਨਾਂ ਨਾਗਰਿਕਾਂ ਨੂੰ ਲੈਣ ਤੋਂ ਟਾਲਾਪਟ ਕਰਦੇ ਜਦ ਜਨਾ ਖਿਲਾਫ ਗੰਭੀਰ ਦੋਸ਼ ਹੁੰਦੇ ਉਹਨਾਂ ਨੂੰ ਲੈਣ ਤੋਂ ਇਨਕਾਰ ਹੀ ਕਰ ਦਿੰਦੇ ਕਿਸੇ ਤਰ੍ਹਾਂ ਦੇ ਸਮਝੌਤੇ ਤੇ ਪਹੁੰਚਣ ਤੋਂ ਬਿਨਾ ਉਹਨਾਂ ਕੈਦੀਆਂ ਨੂੰ ਡਿਪੋਰਟ ਕਰਨਾ ਸੰਭਵ ਨਾ ਹੁੰਦਾ ਇਸ ਲਈ ਉਹਨਾਂ ਦਾ ਮਾਮਲਾ ਕਾਫੀ ਸਮੇਂ ਤੱਕ ਉਲਝਿਆ ਰਹਿੰਦਾ ਕੈਦੀ ਵੀ ਇਸ ਉਲਝਣ ਤੋਂ ਭਲੀ ਭਾਂਤ ਵਾਕਿਫ ਹੁੰਦੇ ਇਸ ਲਈ ਮਜ਼ੇ ਨਾਲ ਇੱਥੇ ਪਏ ਰਹਿੰਦੇ ਮੁਫਤ ਦੀਆਂ ਰੋਟੀਆਂ ਤੋੜਦੇ ਪ੍ਰਸ਼ਾਸਨ ਪ੍ਰਤੀ ਉਹਨਾਂ ਦਾ ਰਵੱਈਆ ਇਹ ਹੁੰਦਾ ਕਿ ਕਰ ਲਓ ਜੋ ਕਰਨਾ ਤੇ ਜੋ ਕੁਝ ਨਹੀਂ ਕਰ ਸਕਦੇ ਤਾਂ ਸੰਭਾਲੋ ਸਾਨੂੰ ਦੂਜਾ ਵਿਭਾਗ ਸੀ ਜਿੱਥੇ ਦੋਸ਼ੀਆਂ ਨੂੰ ਵਕਤੀ ਤੌਰ ਤੇ ਰੱਖਿਆ ਜਾਂਦਾ ਸੀ ਇਹਨਾਂ ਚ ਜ਼ਿਆਦਾ ਗਿਣਤੀ ਉਹਨਾਂ ਗੈਰ ਕਾਨੂੰਨੀ ਕੋਸ ਬੈਠੀਆਂ ਦੀ ਹੁੰਦੀ ਜਿਨ੍ਹਾਂ ਨੂੰ ਇਨਫੋਰਸਮੈਂਟ ਟੀਮਾਂ ਵਕਫ ਵਕਫ ਇਲਾਕਿਆਂ ਚ ਛਾਪੇ ਮਾਰ ਕੇ ਫੜਦੀਆਂ ਤੇ ਇੱਥੇ ਲਿਆ ਕੇ ਬੰਦ ਕਰ ਦਿੰਦੀਆਂ ਜ਼ਿਆਦਾਤਰ ਜਏ ਦੋਸ਼ੀ ਏਸ਼ੀਆਈ ਹੁੰਦੇ ਇਹਨਾਂ ਨੂੰ ਡਿਪੋਰਟ ਕਰਨ ਲਈ ਸਬੰਧਤ ਦੇਸ਼ਾਂ ਵਿੱਚਕਾਰ ਕਿਸੇ ਸਮਝੌਤੇ ਤੱਕ ਪਹੁੰਚਣ ਵਾਸਤੇ ਕੋਈ ਦਿੱਕਤ ਨਾ ਹੁੰਦੀ ਹਫਤੇ 10 ਦਿਨਾਂ ਚ ਕਾਰਵਾਈ ਪੂਰੀ ਹੋ ਜਾਂਦੀ ਤੇ ਉਹਨਾਂ ਨੂੰ ਚਾਰਟਡ ਜਹਾਜ਼ 'ਚ ਬਿਠਾ ਕੇ ਉਹਨਾਂ ਦੇ ਦੇਸ਼ ਲਈ ਰਵਾਨਾ ਕਰਕੇ ਛੁਟਕਾਰਾ ਪਾ ਲਿਆ ਜਾਂਦਾ ਅਜਿਹੀ ਦੋਸ਼ੀਆਂ 'ਚ ਨਕਲੀ ਪਾਸਪੋਰਟ ਤੇ ਦਸਤਾਵੇਜ਼ ਬਣਾ ਕੇ ਬੜੇ ਜਾਂ ਬਿਨਾਂ ਪਾਸਪੋਰਟ ਦੇ ਡੌਂਕੀ ਵਾਲੇ ਜਾਂ ਵਿਦਿਆਰਥੀ ਵੀਜ਼ਾ ਓਵਰਸਟੇਅਰਸ ਹੁੰਦੇ ਦੂਸਾਂਜ ਦੀ ਨਿਯੁਕਤੀ ਇਸ ਦੂਜੇ ਵਿਭਾਗ 'ਚ ਸੀ ਤੇ ਇਸ ਦੀ ਇੱਕ ਖਾਸ ਵਜ੍ਹਾ ਸੀ ਇੱਥੇ ਅਧਿਕਾਰੀਆਂ ਨੂੰ ਨਾਨੀ ਯਾਦ ਕਰਵਾ ਦੇਣ ਵਾਲੇ ਅਜੇ ਦੋਸ਼ੀ ਲਿਆਏ ਜਾਂਦੇ ਸੀ ਜੋ ਇੰਗਲੈਂਡ ਦੀ ਧਰਤੀ ਤੇ ਪੈਰ ਰੱਖਦੇ ਆਂ ਆਪਣਾ ਪਾਸਪੋਰਟ ਤੇ ਆਪਣੀ ਪਛਾਣ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਫਾੜ ਕੇ ਬਗੈਰ ਸ਼ਨਾਖਤ ਦੇ ਇਨਸਾਨ ਬਣ ਜਾਂਦੇ ਨਾ ਕੋਈ ਨਾਂ ਨਾ ਉਮਰ ਨਾ ਪਤਾ ਨਾ ਕੋਈ ਕੌਮੀਅਤ ਨਾ ਹੀ ਕਿਸੇ ਕਿਸਮ ਦਾ ਕੋਈ ਵੇਰਵਾ ਕਿ ਉਹ ਇੱਥੇ ਕਦੋਂ ਤੇ ਕਿਵੇਂ ਆਏ ਸਨ ਜਦੋਂ ਤੱਕ ਉਹ ਫੜੇ ਨਾ ਜਾਂਦੇ ਉਦੋਂ ਤੱਕ ਉਹ ਵਕਫਾ ਖੇ ਇਲਾਕਿਆਂ 'ਚ ਲੁਕੇ ਰਹਿੰਦੇ ਕੰਮ ਕਰਦੇ ਰਹਿੰਦੇ ਜਦੋਂ ਫੜੇ ਜਾਂਦੇ ਤਾਂ ਚੁੱਪਚਾਪ ਆਤਮ ਸਮਰਪਣ ਕਰ ਦਿੰਦੇ ਉਹ ਨਾ ਕੁਝ ਬੋਲਦੇ ਨਾ ਕੁਝ ਦੱਸਦੇ ਬਸ ਗੁੰਗੇ ਬੋਲੇ ਬਣ ਜਾਂਦੇ ਪੁੱਛੇ ਗਏ ਹਰ ਸਵਾਲ ਦੇ ਜਵਾਬ ਚ ਬਸ ਉੱਲੂਆ ਵਾਂਗ ਬਿੱਤਰ-ਬਿੱਤਰ ਤੱਕਦੇ ਰਹਿੰਦੇ ਉਹਨਾਂ ਦੀ ਕੌਮੀਅਤ ਦੀ ਪਛਾਣ ਕਰਨ ਲਈ ਅਧਿਕਾਰੀਆਂ ਨੂੰ ਬੜੀ ਮਿਹਨਤ ਕਰਨੀ ਪੈਂਦੀ ਉਹਨਾਂ ਨੂੰ ਡਿਪੋਰਟ ਕਿਹੜੇ ਦੇਸ਼ 'ਚ ਕੀਤਾ ਜਾਏ ਭਾਰਤ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਜਾਂ ਨੇਪਾਲ ਉਹਨਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਇਹਨਾਂ ਦੇਸ਼ਾਂ ਦੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਉਦੋਂ ਤੱਕ ਜਦ ਇਹ ਦੋਸ਼ੀ ਇੱਥੇ ਪਈ ਸਾਰਾ ਤਮਾਸ਼ਾ ਵੇਖਦੇ ਰਹਿੰਦੇ ਇਸ ਲਈ ਉਹਨਾਂ ਤੋਂ ਪੁੱਛਗਿੱਛ ਕਰਨ ਲਈ ਖਾਸ ਤੌਰ ਉੱਤੇ ਦੂਸਾਂਝ ਵਰਗੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਜਾਂਦਾ ਜਿਹੜੇ ਏਸ਼ੀਅਨ ਪਰਬਰਤਾਨਵੀ ਨਾਗਰਿਕ ਹੁੰਦੇ ਠੀਕ 15 ਮਿੰਟ ਬਾਅਦ ਦੂਸਾਂਝ ਨੇ ਫੇਰ ਗਰਮ ਜੋਸ਼ੀ ਨਾਲ ਹੱਥ ਮਿਲਾਉਣ ਲਈ ਅੱਗੇ ਵਧਾਇਆ ਪੁੱਤਰ ਘਰ ਆਉਣ ਦਾ ਪ੍ਰੋਗਰਾਮ ਬਣਾ ਲਈ ਕਿਸੇ ਦਿਨ ਤੇਰੀ ਬੇਬੇ ਵੀ ਯਾਦ ਕਰ ਰਹੀ ਸੀ ਸੰਧੂ ਨੇ ਉਹਦੀ ਪਿੱਠ ਥਪਥ ਪਾਉਂਦੇ ਹੋਏ ਕਿਹਾ ਅਸੀਂ ਇਮਾਰਤ ਤੋਂ ਬਾਹਰ ਨਿਕਲੇ ਤਾਂ ਜਾਪਿਆ ਜਿਵੇਂ ਕਿਸੇ ਨਾਲ ਘੰਟੇ ਬਿਤਾ ਕੇ ਵਾਪਸ ਆਇਆ ਹਾਂ ਇੰਨਾ ਕੁ ਜਾਣ ਲਿਆ ਜਿਹਨੂੰ ਜਾਣੇ ਬਿਨਾ ਮੇਰੀ ਹੁਣ ਤੱਕ ਦੀ ਸਾਰੀ ਜਾਣਕਾਰੀ ਅਧੂਰੀ ਸੀ ਫਿਰ ਇਸ ਜਾਣਕਾਰੀ ਨੇ ਮੇਰੇ ਲਈ ਕਈ ਨਵੇਂ ਸਵਾਲ ਵੀ ਖੜੇ ਕਰ ਦਿੱਤੇ ਐਸੇ ਸਵਾਲ ਜਿਹੜੇ ਇੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਬਾਰੇ ਬਣੀਆਂ ਧਾਰਨਾਵਾਂ ਤੇ ਮੰਨ ਤਾਵਾਂ ਨੂੰ ਹੀ ਉਲਟ ਪੁਲਟ ਕਰ ਰਹੇ ਸਨ ਦੋ ਸਾਂਝ ਨੇ ਦੱਸਿਆ ਕਿ ਸਾਲ ਭਰ ਚ ਲਗਭਗ 70 ਜਹਾਜ਼ ਹਜ਼ਾਰਾਂ ਦੀ ਗਿਣਤੀ ਚ ਕੁਸ ਬੈਠੀਆਂ ਨਾਲ ਭਰ ਕੇ ਹੀਥਰੋ ਹਵਾਈ ਅੱਡੇ ਤੋਂ ਉਡਾਣ ਭਰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਚੁੱਕ ਕੇ ਲਿਜਾਇਆ ਜਾਂਦਾ ਜਿਵੇਂ ਕੂੜੇ ਨੂੰ ਟਰੱਕਾਂ 'ਚ ਭਰ ਕੇ ਸ਼ਹਿਰ ਤੋਂ ਬਾਹਰ ਦੂਰ ਸੁੱਟਣ ਲਈ ਲਿਜਾਇਆ ਜਾਂਦਾ ਹੈ। ਮੇਰੇ ਮਨ 'ਚ ਜੋ ਸਵਾਲ ਘੁੰਮ ਰਹੇ ਸੀ ਉਹ ਜਾਨਣਾ ਚਾਹੁੰਦੇ ਸੀ ਕਿ ਕੀ ਉਹ ਕੁਸ ਬੈਠੀਏ ਸੱਚੀ-ਮੁੱੱਚੀ ਕੂੜਾ ਹੀ ਸਨ? ਕੀ ਉਹਨਾਂ ਦੀ ਹੈਸੀਅਤ ਸਿਰਫ ਇੰਨੀ ਸੀ ਕਿ ਉਹਨਾਂ ਦੀ ਇਸ ਦੇਸ਼ 'ਚ ਮੌਜੂਦਗੀ ਸਹਿਜ ਸੁਚਾਰੂ ਢੰਗ ਨਾਲ ਚੱਲ ਰਹੀ? ਕਾਰ ਵਿਹਾਰ 'ਚ ਮਹਿਜ਼ ਇੱਕ ਰੁਕਾਵਟ ਤੋਂ ਬਿਨਾਂ ਹੋਰ ਕੋਈ ਅਰਥ ਨਹੀਂ ਸੀ ਰੱਖਦੀ ਕਿ ਉਹ ਸੱਚੀ-ਮੁੱੱਚੀ ਬੇਲੋੜੇ ਤੇ ਬੋਝ ਸਨ? ਇੰਨੇ ਦਿਨ ਯੂਕੇ ਦੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਜਿਸ ਅਗੋਚਰ ਲੋਕ ਨੂੰ ਵੇਖਿਆ ਤੇ ਜਾਣਿਆ ਸੀ ਕੁਝ ਇਹਨਾਂ ਸਵਾਲਾਂ ਦੇ ਜਵਾਬ ਦੂਜੇ ਢੰਗ ਨਾਲ ਦੇ ਰਿਹਾ ਸੀ ਉਹ ਦੱਸ ਰਿਹਾ ਸੀ ਕਿ ਜੋ ਕੁਝ ਦ੍ਰਿਸ਼ਟੀਗੋਚਰ ਹੈ ਉਹ ਧੋਖ ਹੈ ਜਿਸ ਸੱਚਾਈ ਨੂੰ ਦੂਸਾਂਜ ਬਿਆਨ ਕਰ ਰਿਹਾ ਉਹ ਅਧੂਰੀ ਹੈ ਉਹਦੇ ਪਿੱਛੇ ਲੁਕਿਆ ਇੱਕ ਹੋਰ ਸੱਚ ਵੀ ਹੈ ਤੇ ਜੋ ਘਾੜਾ ਅਣ ਐਲਾਨਿਆ ਪਰਵਾਹ ਨਾ ਕੀਤਾ ਗਿਆ ਪਰ ਐਸਾ ਸੱਚ ਜਿਸ ਦੀ ਕੋਈ ਕਾਟ ਨਹੀਂ ਹੈ ਉਹਨੂੰ ਅੱਖੋਂ-ਔਲੇ ਕਰਕੇ ਸੱਚਾਈ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ ਇਸ ਲਈ ਠੀਕ ਨਤੀਜੇ ਤੇ ਵੀ ਨਹੀਂ ਪਹੁੰਚਿਆ ਜਾ ਸਕਦਾ ਠੀਕ ਨਤੀਜੇ ਤੱਕ ਪਹੁੰਚਣ ਲਈ ਕਾਨੂੰਨ ਦੀ ਲੁਕਾ-ਛਿਪੀ ਵਾਲੀ ਉਸ ਖੇਡ ਨੂੰ ਸਮਝਣਾ ਹੋਵੇਗਾ ਜੋ ਕੁਸ ਬੈਠੀਆਂ ਨੂੰ ਫੜਨ ਦੀ ਆੜ ਚ ਲਗਾਤਾਰ ਚੱਲਦੀ ਰਹਿੰਦੀ ਹੈ ਇਸ ਖੇਡ 'ਚ ਕਾਨੂੰਨ ਦੀ ਸ਼ਕਲ ਇੱਕ ਪਾਸਿਓਂ ਚਿੱਟੀ ਦੂਜੇ ਪਾਸਿਓਂ ਕਾਲੀ ਸੀ ਇੱਕ ਹੀ ਸਮੇਂ 'ਚ ਇਹ ਕਾਨੂੰਨੀ ਵੀ ਸੀ ਤੇ ਗੈਰ ਕਾਨੂੰਨੀ ਵੀ ਜੋ ਗੈਰ ਕਾਨੂੰਨੀ ਵਿਖਾਈ ਦਿੰਦਾ ਅਸਲ 'ਚੋ ਲੋੜ ਬਣ ਚੁੱਕੀ ਹੈ ਜੋ ਕਾਨੂੰਨ ਹੁੰਦਾ ਉਹ ਮਜਬੂਰੀ ਕੁਸ ਬੈਠੀਆਂ ਦੀ ਫੜੋ ਫੜੀ ਤੇ ਉਹਨਾਂ ਨੂੰ ਰਿਪੋਰਟ ਕਰਨ ਦੀ ਜਿਹੜੀ ਕਵਾਇਦ ਚਲਦੀ ਰਹਿੰਦੀ ਉਹਦੇ ਨਾਲ-ਨਾਲ ਸੱਚਾਈ ਇਹ ਵੀ ਸੀ ਕਿ ਗੈਰ ਕਾਨੂੰਨੀ ਤੌਰ ਉਤੇ ਰਹਿ ਰਹੇ ਇਹ ਲੋਕ ਉਸੇ ਦੇਸ਼ ਨੂੰ ਆਪਣੀ ਕਿਰਤ ਮੁਹੱਈਆ ਕਰਵਾ ਰਹੇ ਸਨ ਜਿੱਥੇ ਉਹ ਬੇਲੋੜੇ ਤੇ ਫਟਕਾਰਯੋਗ ਸਨ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਨਾ ਗੈਰ ਕਾਨੂੰਨੀ ਕਿਰਤੀਆਂ ਦੀ ਫੌਜ ਦੀ ਬਦੌਲਤ ਹੀ ਉਹਨਾਂ ਦੇ ਘਰਾਂ ਦਫ਼ਤਰਾਂ ਦੀ ਸਫਾਈ ਹੁੰਦੀ ਸੀ ਗਲੀਆਂ ਸੜਕਾਂ ਸਾਫ਼ ਹੁੰਦੀਆਂ ਸੀ ਪੱਬਾਂ ਹੋਟਲਾਂ 'ਚ ਗ੍ਰਾਹਕਾਂ ਦੀ ਸੇਵਾ ਹੁੰਦੀ ਸੀ ਸ਼ਹਿਰਾਂ ਤੋਂ ਲੈ ਕੇ ਫਾਰਮਾਂ ਤੱਕ ਉਹ ਅਸੀਂ ਸਰੀਰਕ ਕੰਮਾਂ 'ਚ ਜੁਟੇ ਰਹਿੰਦੇ ਸਨ ਜਿਨ੍ਹਾਂ ਕੰਮਾਂ ਨੂੰ ਖੁਦ ਯੂਕੇ ਦੇ ਨਾਗਰਿਕ ਕਰਨ ਤੋਂ ਘਤਰਉਂਦੇ ਸਨ। ਉਸਾਰੀ ਦੇ ਕੰਮਾਂ ਲਈ ਮਜ਼ਦੂਰੀ, ਖੇਤੀਬਾੜੀ, ਸਫਾਈ ਤੇ ਘਰੇਲੂ ਕੰਮਾਂ ਤੋਂ ਇਲਾਵਾ ਇਹ ਕੁਸਬੈਠੀਏ ਹਰ ਤਰ੍ਹਾਂ ਦਾ ਉਹ ਕੰਮ ਕਰਦੇ ਸਨ ਜਿਨ੍ਹਾਂ ਨੂੰ ਹੋਰ ਲੋਕ ਮੁਸ਼ਕਲ, ਕਠੋਰ, ਗੰਦਾ ਤੇ ਖਤਰਨਾਕ ਸਮਝਦੇ ਸਨ। ਸੱਚਾਈ ਇਹ ਵੀ ਸੀ ਕਿ ਜੇ ਨਾ ਸਾਰੇ ਕੁਸਬੈਠੀਆਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਤਾਂ ਸਫਾਈ ਕਰਮਚਾਰੀਆਂ, ਹੋਟਲ ਸਟਾਫ, ਕਾਰੀਗਰਾਂ, ਮਜ਼ਦੂਰਾਂ ਦੀ ਭਾਰੀ ਘਾਟ ਹੋ ਜਾਂਦੀ। ਸੋ ਚਾਰੂ ਢੰਗ ਨਾਲ ਚੱਲ ਰਿਹਾ ਹਰ ਰੋਜ਼ ਦਾ ਕਾਰੋਬਾਰ ਠੱਪ ਹੋ ਜਾਂਦਾ ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਜਗ੍ਹਾ-ਜਗ੍ਹਾ ਅਨੇਕ ਕੰਮ ਧੰਦੇ ਬੰਦ ਹੋ ਜਾਂਦੇ ਹਰ ਪਾਸੇ ਅਫਰਾ ਤਫਰੀ ਮਚ ਜਾਂਦੀ ਇੰਸਟੀਚਿਊਟ ਫਾਰ ਪਬਲਿਕ ਰਿਸਰਚ ਨਾਂ ਦੀ ਇੱਕ ਸੰਸਥਾ ਦੀ ਰਿਪੋਰਟ ਇਸ ਸੱਚਾਈ ਦੀ ਪੁਸ਼ਟੀ ਕਰਦੀ ਸੀ ਇਸ ਰਿਪੋਰਟ ਵਿੱਚ ਇਹ ਗੱਲ ਪ੍ਰਵਾਨ ਕੀਤੀ ਗਈ ਸੀ ਕਿ ਲੰਡਨ ਦੀ ਆਰਥਿਕਤਾ ਅਜੇ ਗੈਰ ਕਾਨੂੰਨੀ ਕਿਰਤਿਆਂ ਦੀ ਮਿਹਨਤ ਉੱਤੇ ਹੀ ਟਿਕੀ ਹੋਈ ਹੈ ਸਟ੍ਰੇਂਜਰਸ ਇਨਟੂ ਸਿਟੀਜ਼ਨਸ ਨਾਦੀ ਸੰਸਥਾ ਦੀ ਮੁਹਿੰਮ ਤੋਂ ਇੱਕ ਹੋਰ ਦਿਲਚਸਪ ਪੱਖ ਦਾ ਪਤਾ ਲੱਗਦਾ ਸੀ ਕਈ ਸ਼ਹਿਰਾਂ 'ਚ ਚੱਲ ਰਹੀ ਇਸ ਮੁਹਿੰਮ ਦਾ ਮਕਸਦ ਇਹ ਲੋਕ ਰਾਏ ਤਿਆਰ ਕਰਨਾ ਸੀ ਕਿ ਜੋ ਗੈਰ ਕਾਨੂੰਨੀ ਕੁਸ ਬੈਠੀਏ ਅਜਨਬੀਆਂ ਦੀ ਤਰ੍ਹਾਂ ਇਸ ਦੇਸ਼ 'ਚ ਰਹਿ ਰਹੇ ਹਨ ਉਹਨਾਂ ਨੂੰ ਸਿਟੀਜ਼ਨਸ ਦਾ ਦਰਜਾ ਦੇ ਦਿੱਤਾ ਜਾਏ ਇਸ ਮੁਹਿੰਮ ਦੇ ਪੋਲਿਸੀ ਡਾਇਰੈਕਟਰ ਦਾ ਸੁਝਾਅ ਸੀ ਕਿ ਲੋਕ ਸਾਡੇ ਨਾਲ ਰਹਿੰਦੇ ਹਨ ਪਰ ਸਾਡੇ ਲਈ ਅਜਨਬੀ ਹਨ ਜੋ ਸਾਡੇ ਦੇਸ਼ ਚ ਹਨ ਪਰ ਅਸੀਂ ਜਿਨ੍ਹਾਂ ਨੂੰ ਆਪਣੇ ਦੇਸ਼ ਦਾ ਨਾਗਰਿਕ ਨਹੀਂ ਮੰਨਦੇ ਉਹਨਾਂ ਨੂੰ ਹੁਣ ਅਜ ਨਵੀਂ ਦੀ ਬਜਾਏ ਨਾਗਰਿਕ ਮੰਨ ਲੈਣਾ ਚਾਹੀਦਾ ਹੈ ਉਹਦੀ ਦਲੀਲ ਸੀ ਕਿ ਬੇਸ਼ੱਕ ਇਹ ਲੋਕ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ ਪਰ ਇਸ ਸਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇੱਥੇ ਰਹਿ ਕੇ ਉਹ ਸਾਡਾ ਹੀ ਕੰਮ ਕਰ ਰਹੇ ਹਨ ਉਹਦਾ ਇਹ ਵੀ ਕਹਿਣਾ ਸੀ ਕਿ ਜੇਕਰ ਇਹਨਾਂ ਲੋਕਾਂ ਨੂੰ ਕਾਨੂੰਨਨ ਇਸ ਦੇਸ਼ ਦਾ ਨਾਗਰਿਕ ਮੰਨ ਲਿਆ ਜਾਏ ਤਾਂ ਨਾ ਸਿਰਫ ਇਸ ਸੰਕਟ ਨੂੰ ਟਾਲਿਆ ਜਾ ਸਕਦਾ ਹੈ ਬਲਕਿ ਉਹਨਾਂ ਕੋਲੋਂ ਹਰ ਸਾਲ ਲੱਖਾਂ ਪੌਂਡ ਟੈਕਸ ਦੇ ਰੂਪ ਚ ਇਕੱਠੇ ਕੀਤੇ ਜਾ ਸਕਦੇ ਆ ਇਸ ਨਜ਼ਰੀਏ ਤੇ ਨਾ ਸਾਰੇ ਤੱਥਾਂ ਨੂੰ ਧਿਆਨ ਚ ਰੱਖ ਕੇ ਵੇਖਿਆ ਜਾਏ ਤਾਂ ਸਾਰਾ ਪਾਸਾ ਹੀ ਪਲਟ ਜਾਂਦਾ ਇੱਕ ਦੂਜੀ ਤਰ੍ਹਾਂ ਦੀ ਤਸਵੀਰ ਉੱਭਰਦੀ ਹੈ ਜਸਟ ਹਰ ਰੰਗ ਦਾ ਅਰਥ ਬਦਲ ਜਾਂਦਾ ਸੀ ਇਹ ਤਸਵੀਰ ਵਿਖਾਉਂਦੀ ਸੀ ਕਿ ਯੂਕੇ ਦਾ ਅਰਥਚਾਰਾ ਚਰਮਰਾ ਚੁੱਕਿਆ ਸੀ ਉਹ ਜ਼ਮਾਨਾ ਕਦੋਂ ਦਾ ਬੀਤ ਗਿਆ ਜਦੋਂ ਸਟਰਲਿੰਗ ਪੌਂਡ ਦੀ ਹਲਕੀ ਜਿਹੀ ਕਰਵਟ ਨਾਲ ਦੁਨੀਆ ਭਰ ਦੀਆਂ ਕਰੰਸੀਆਂ 'ਚ ਖਲਬਲੀ ਮਚ ਜਾਂਦੀ ਸੀ। ਉਹਦੀ ਹੈਸੀਅਤ ਹੁਣ ਉਹ ਨਹੀਂ ਸੀ ਰਹੀ। ਹੁਣ ਹਾਲਤ ਇਹ ਸੀ ਕਿ ਲੰਮੇ ਸਮੇਂ ਤੋਂ ਪੌਂਡ ਬੁਰੀ ਤਰ੍ਹਾਂ ਲੜਖੜਾਇਆ ਹੋਇਆ ਸੀ ਤੇ ਮਹਾਰਾਂ ਦਾ ਮੰਨਣਾ ਸੀ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆ ਕਦੇ ਵੀ ਇੰਨੇ ਗਹਿਰੇ ਆਰਥਿਕ ਸੰਕਟ 'ਚ ਨਹੀਂ ਫਸਿਆ। ਉਪਰੇ ਤੌਰ ਤੇ ਸਹਿਜ ਦਿਸਣ ਵਾਲੇ ਬਰਤਾਨਵੀ ਸਮਾਜ ਦਾ ਥੋੜਾ ਹਿਲ ਚੁੱਕਿਆ ਸੀ। ਉਹ ਪੁੱਤਰ ਪਹਿਲਾਂ ਤਾਂ ਐਸਾ ਸੀ ਕਿ ਬੈਂਕਾਂ ਤੇ ਬਿਲਡਿੰਗ ਸੋਸਾਇਟੀਆਂ ਨੇ ਕਰਜ਼ ਦੇਣ ਲਈ ਆਪਣੇ ਖਜ਼ਾਨੇ ਹਰ ਕਿਸੇ ਲਈ ਖੋਲੇ ਹੋਏ ਸਨ ਬਿਨਾਂ ਇਹ ਵੇਖੇ ਭਾਲੇ ਕਿ ਕਰਜ਼ ਲੈਣ ਵਾਲਾ ਵਾਪਸ ਵੀ ਕਰ ਸਕੇਗਾ ਕਿ ਨਹੀਂ ਸੰਦੂਕਕਾਰ ਚਲਾਉਂਦੇ ਹੋਏ ਆਪਣੇ ਉਹੀ ਜੋਸ਼ੀਲੇ ਅੰਦਾਜ਼ ਚ ਕਹਿ ਰਿਹਾ ਸੀ ਕਰਜ਼ ਸੌਖਿਆ ਮਿਲ ਰਿਹਾ ਸੀ ਇਸ ਲਈ ਲੋਕ ਮਕਾਨ ਖਰੀਦਦੇ ਗਏ ਦਿਨੋਂ ਦਿਨ ਜਾਇਦਾਦੀ ਕੀਮਤ ਵਧਦੀ ਗਈ ਲੋਕ ਰਾਤੋਂ ਰਾਤ ਅਮੀਰ ਹੋ ਗਏ ਤੇ ਫਿਰ ਕੀ ਹੋਇਆ ਉਹਨੇ ਇੱਕ ਹੱਥਕਾਰ ਦੇ ਸਟੀering ਤੋਂ ਹਟਾ ਕੇ ਇੱਕ ਸਵਾਲੀਆ ਚਿੰਨ ਬਣਾਇਆ ਤੇ ਫਿਰ ਖੁਦ ਹੀ ਜਵਾਬ ਦਿੰਦੇ ਆਂ ਦੱਸਿਆ ਫਿਰ ਉਹਨਾਂ ਹੀ ਲੋਕਾਂ ਦੀਆਂ কুরਕੀਆਂ ਹੋਣ ਲੱਗੀਆਂ ਜਿਨ੍ਹਾਂ ਨੇ ਕਰਜ਼ੇ ਲੈ ਕੇ ਮਕਾਨ ਜਾਇਦਾਦ ਖਰੀਦੀ ਸੀ ਧੜਾ ਧੜ ਦਿਵਾਲੇ ਨਿਕਲਣ ਲੱਗੇ ਹਾਲਤ ਇਹ ਹੋ ਗਈ ਕਿ ਹਰ ਰੋਜ਼ ਕਿਸੇ ਨਾ ਕਿਸੇ ਮਕਾਨ ਮਾਲਕ ਨੂੰ কুরਕੀ ਦੇ ਆਰਡਰ ਆ ਰਹੇ ਹਨ ਹਰ ਰੋਜ਼ ਮਕਾਨ ਜਾਇਦਾਦ ਜ਼ਬਤ ਹੋ ਰਹੀ ਹੈ ਤੇ ਜਿਹੜੇ ਬੱਚੇ ਜਿਹੜੇ ਬਚੇ ਉਹਨਾਂ ਦੀ ਪਤਾ ਹੈ ਹਾਲਤ ਕੀ ਸੀ ਕੀ ਸੀ ਮੈਂ ਇਸ ਤਰ੍ਹਾਂ ਪੁੱਛਿਆ ਜਿਵੇਂ ਕਿ ਰੰਦੀ ਕਸਰ ਵੀ ਉਹ ਪੂਰੀ ਕਰ ਲਵੇ ਉਨ੍ਹਾਂ ਉੱਤੇ ਹਜ਼ਾਰਾਂ ਪੌਂਡ ਦਾ ਕਰਜ਼ਾ ਸੀ ਸੰਧੂ ਨੇ ਸਟੀਅਰਿੰਗ ਦੇ ਜ਼ੋਰ ਨਾਲ ਹੱਥ ਮਾਰਦਿਆਂ ਦੱਸਿਆ ਇਹ ਚੰਨਣ ਸਿੰਘ ਇਹ ਬਿੱਲਾ ਇਸ ਤਰ੍ਹਾਂ ਹੀ ਬਰਬਾਦ ਹੋਈ ਅਸੀਂ ਕਮਲਜੀਤ ਨੂੰ ਮਿਲਣ ਜਾ ਰਹੇ ਸੀ ਕਮਲਜੀਤ ਹੋਮ ਆਫਿਸ 'ਚ ਇਮੀਗ੍ਰੇਸ਼ਨ ਅਪੀਲ ਕੋਰਟ ਵਿੱਚ ਵਕੀਲ ਦੇ ਤੌਰ ਤੇ ਕੰਮ ਕਰਦਾ ਸੀ ਉਹ ਸੀ ਤੇ ਵਕੀਲ ਪਰ ਇੰਨਾ ਜਜ਼ਬਾਤੀ ਤੇ ਸੰਵੇਦਨਸ਼ੀਲ ਕਿ ਹਰ ਛੋਟੀ ਜੀ ਗਲਤ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਜਾਂਦਾ ਯਾਰ ਦੋਸਤ ਉਹਨੂੰ ਇਮੋਸ਼ਨਲ ਵਕੀਲ ਹੀ ਸੱਦਦੇ ਤੇ ਕਹਿੰਦੇ ਕਿ ਗਲਤ ਧੰਦੇ 'ਚ ਆ ਗਿਆ। ਹਰ ਕੋਈ ਉਹਨੂੰ ਸਲਾਹ ਦਿੰਦਾ ਕਿ ਜਾਂ ਤਾਂ ਉਹ ਆਪਣੀਆਂ ਆਦਤਾਂ ਛੱਡ ਦੇਵੇ ਜਾਂ ਫੇਰੇ ਧੰਦਾ। ਧੰਨਵਾਦ। ਚੱਲਦਾ।